ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ, ਜਿਸ ਦੇ ਮੱਦੇਨਜ਼ਰ ਗੜਸ਼ੰਕਰ ਵਿਖੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਸੰਸਦ ਅਤੇ ਸੁਰਿੰਦਰ ਸਿੰਘ ਪੁੱਲੇਵਾਲ ਰਾਠਾ, ਸਾਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ, ਸੜਕਾਂ ਦੀ ਹਾਲਤ ਸੁਧਾਰਨ ਵਿੱਚ ਫੇਲ ਸਾਬਤ ਹੋਈ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੂਬੇ ਦੇ ਵਿੱਚ ਵਿਰੋਧੀ ਧਿਰ ਅਤੇ ਸੱਤਾਧਾਰੀ ਧਿਰ ਇੱਕਜੁੱਟ ਹੋਣ ਦੇ ਨਾਲ ਇਹ ਪਾਰਟੀਆਂ ਪੰਜਾਬ ਦਾ ਕਦੇ ਭਲਾ ਨਹੀਂ ਕਰ ਸਕਦੀਆਂ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਦੇ ਵਿੱਚ ਲੋਕਾਂ ਦਾ ਵੱਡਾ ਹੁੰਗਾਰਾ ਮਿਲ ਰਿਹਾ। ਲੋਕ ਆਪ ਮੁਹਾਰੇ ਆ ਕੇ ਸੱਤਾਧਾਰੀ ਪਾਰਟੀ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ ਰਹੇ ਨੇ। ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਦੀਆਂ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੀਆਂ ਚਰਚਾਵਾਂ ਨੂੰ ਕਾਂਗਰਸ ਅਤੇ ਸੱਤਾਧਾਰੀ ਪਾਰਟੀ ਦੀਆਂ ਝੂਠੀਆਂ ਅਫਵਾਹਾਂ ਕਰਾਰ ਦਿੱਤਾ। ਗੜਸ਼ੰਕਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਸਾਹ ਸੁਰਿੰਦਰ ਸਿੰਘ ਜੀ ਭੁੱਲਿਆ ਰਾਠਾ ਸਾਹਿਬ ਦੀ ਅਗਵਾਈ ਦੇ ਵਿੱਚ ਇੱਥੇ ਚੋਣਵੇਂ ਵਰਕਰ ਦੀ ਲੀਡਰ ਸਾਹਿਬਾਨ ਦੀ ਮੀਟਿੰਗ ਹੋਈ ਆ ਔਰ ਬੜੀ ਭਰਮੀ ਮੀਟਿੰਗ ਹੋਈ ਆ ਔਰ ਇਸ ਮੀਟਿੰਗ ਦੇ ਵਿੱਚ ਜਿੱਥੇ ਆਪਸੀ ਵਿਚਾਰ ਵਟਾਂਦਰਾ ਕੀਤਾ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕੀਤੀ ਆ ਉਹਦੀ ਸਫਲਤਾ 'ਤੇ ਵੀ ਖੁਸ਼ੀ ਮਹਿਸੂਸ ਕੀਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਹਲਕੇ ਵਿੱਚ ਵੀ ਜਿਹੜੀ ਪੰਜਾਬ ਬਚਾਓ ਯਾਤਰਾ ਨੂੰ ਸਫਲ ਕਰਨ ਦਾ ਨਿਸ਼ਚੈ ਕੀਤਾ ਔਰ ਮੈਂ ਕਹਿ ਸਕਦਾ ਕਿ ਅੱਜ ਸਭ ਤੋਂ ਵੱਡੀ ਚਿੰਤਾ ਇਹ ਆ ਕਿ ਵਿਰੋਧੀ ਧਿਰ ਅਤੇ ਸੱਤਾ ਧਿਰ ਇੱਕਜੁੱਟ ਹੋ ਗਏ ਔਰ ਜਦੋਂ ਬਾੜੀ ਖੇਤ ਨੂੰ ਖਾ ਜਾਏ ਜਦੋਂ ਵਕੀਲ ਹੀ ਜੱਜ ਮਤਲਬ ਵਿਰੋਧੀ ਧਿਰ ਨਾਲ ਜਾ ਰਲੇ ਤਾਂ ਫਿਰ ਕਿਵੇਂ ਬਚ ਸਕਦਾ, ਕੇਸ ਕਿਵੇਂ ਹੱਕ 'ਚ ਹੋ ਸਕਦਾ। ਪੰਜਾਬ ਦੇ ਮੁੱਖ ਮੰਤਰੀ ਨੇ ਵਾਅਦਾ ਮਾਫ ਗਵਾਹ ਬਣ ਕੇ ਪੰਜਾਬ ਦੇ ਕਿਸਾਨਾਂ ਨੂੰ ਕੁਟਾਇਆ ਵੀ, ਮਰਾਇਆ ਵੀ, ਲੱਤਾਂ ਵੀ ਤੜੋਈਆਂ, ਟਰਾਲੀਆਂ ਟਰੈਕਟਰ ਵੀ ਭੁਨਾਏ ਅਤੇ ਫਿਰ ਵੀ ਕਿਸੇ ਤਰ੍ਹਾਂ ਦੀ ਰਾਖੀ ਕਰਨ ਦੇ ਵਿੱਚ ਉਹ ਅਸਫਲ ਹੋਏ। ਇਸ ਲਈ ਅੱਜ ਸਭ ਤੋਂ ਵੱਡੀ ਜ਼ਿੰਮੇਵਾਰੀ ਸ਼ੁਭ ਕਰਨ ਦੀ ਮੌਤ ਲਈ ਭਗਵੰਤ ਮਾਨ ਸਰਕਾਰ ਦੀ ਆ ਔਰ ਉਹ ਇਸ ਜ਼ਿੰਮੇਵਾਰੀ ਤੋਂ ਬਚ ਨਹੀਂ ਪਾਏਗਾ। ਜਦੋਂ ਵੀ ਆਉਣ ਵਾਲੇ ਸਮੇਂ ਵਿੱਚ ਸਾਡੇ ਹੱਥ ਸੱਤਾ ਆਈ ਸਭ ਤੋਂ ਪਹਿਲਾਂ ਇਹਨੂੰ ਇਹ ਗੁਨਾਹ ਦੀ ਸਜ਼ਾ ਭੁਗਤਣੀ ਪਏਗੀ ਔਰ ਦੂਜੀ ਗੱਲ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਮਤਲਬ ਜੋ ਸੁਵਿਧਾਵਾਂ ਨਹੀਂ ਮਿਲ ਰਹੀਆਂ ਔਰ ਉਹਨਾਂ ਦੇ ਹੱਕ ਦੇ ਵਿੱਚ ਜੇ ਕੋਈ ਲੋਕ ਆਵਾਜ਼ ਉਠਾਈ ਤਾਂ ਉਹਨਾਂ ਨੂੰ ਕੁੱਟਿਆ ਗਿਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਵੀ ਸਰਾਸਰ ਗਲਤ ਆ, ਇਹ ਵੀ ਲੋਕ ਰਾਜ ਦੀ ਤੁਹੀਨ ਆ, ਇਹ ਵੀ ਇੱਕ ਕਿਸਮ ਦੀ ਇਨਸਾਨੀਅਤ ਤੋਂ ਡਿੱਗੀ ਹੋਈ ਗੱਲ ਪੰਜਾਬ ਦੀ ਸਰਕਾਰ ਕਰ ਰਹੀ ਆ ਕਿ ਡਾਕਟਰ ਸੁੱਖੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪੂਰਾ ਮੈਂ ਕਹਿ ਸਕਦਾ ਹੰਢਿਆ ਵਰਤਿਆ ਤਜਰਬੇਕਾਰ ਔਰ ਪੂਰਾ ਵਫਾਦਾਰ ਆ ਅਤੇ ਇਸ ਕਿਸਮ ਦੀਆਂ ਅਫਵਾਹਾਂ ਜਿਹੜੀਆਂ ਨੇ ਇਹ ਕਾਂਗਰਸੀ ਅਤੇ ਆਪ ਵਾਲੇ ਛੁਰਲੀਆਂ ਛੱਡਣ ਦੇ ਅਫਵਾਹਾਂ ਫੈਲਾਉਣ ਦੇ ਮਾਹਰ ਨੇ। ਡਾਕਟਰ ਸੁੱਖੀ ਜਿਹੜੇ ਨੇ ਉਹਨਾਂ ਦਾ ਫਿਕਰ ਨਾ ਕਰਨ ਕਾਂਗਰਸ ਵਾਲੇ ਜਾਂ ਆਪ ਵਾਲੇ, ਉਹ ਆਪਣਿਆਂ ਦਾ ਫਿਕਰ ਕਰ ਲੈਣ ਜਾਂ ਚੋਣਾਂ ਨੂੰ ਲੈ ਕੇ ਮੈਦਾਨ 'ਚ ਨਹੀਂ ਆਉਂਦਾ। ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਸੇਵਾ 'ਚ, ਲੋਕਾਂ ਦੇ ਕੰਮਾਂ ਲਈ, ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਹਮੇਸ਼ਾ ਲੋਕਾਂ ਵਿੱਚ ਜਾਂਦਾ। ਸੋ ਅੱਜ ਵੀ ਜਿਹੜਾ ਹੈ ਕੋਈ ਚੋਣਾਂ ਜਾਂ ਟਿਕਟਾਂ ਸਾਡੇ ਸਾਹਮਣੇ ਨਹੀਂ, ਸਾਡੇ ਸਾਹਮਣੇ ਪੰਜਾਬ ਨੂੰ ਬਚਾਉਣਾ, ਪੰਜਾਬ ਦੇ ਜਿਹੜਾ ਵੀ ਕੋਈ ਪੰਜਾਬ ਦੇ ਵਿਕਾਸ ਲਈ ਪੰਜਾਬ ਦੇ ਹਿੱਤ 'ਚ ਕੋਈ ਕੰਮ ਹੋਏਗਾ ਸ਼੍ਰੋਮਣੀ ਅਕਾਲੀ ਦਲ ਉਹੀ ਸਮਝੌਤਾ ਕਰੇਗਾ, ਉਸੇ ਨਾਲ ਹੱਥ ਮਿਲਾਏਗਾ ਜੋ ਪੰਜਾਬ ਦੇ ਹਿੱਤ ਵਿੱਚ ਹੋਏਗਾ। ਪਾਰਲੀਮੈਂਟ ਦਾ ਇਲੈਕਸ਼ਨ ਜਿਹੜਾ ਅਨਾਊਂਸ ਹੋ ਚੁੱਕਾ ਉਹਦੇ ਸੰਬੰਧ ਵਿੱਚ ਮੀਟਿੰਗ ਤਾਂ ਅਸੀਂ ਹਰ ਹਫ਼ਤੇ ਇੱਥੇ ਸੋਮਵਾਰ ਮੰਗਲਵਾਰ ਬੈਠੀ ਦਾ ਹੀ ਸੀਗਾ, ਪਰ ਇਲੈਕਸ਼ਨ ਵੀ ਅਨਾਊਂਸ ਹੋ ਗਿਆ। ਅੱਜ ਚੋਣਵੇਂ ਜਿਹੜੇ ਸਾਡੇ ਵਰਕਰ ਲੀਡਰ ਸਾਰੇ ਹਲਕੇ ਦੇ ਇੱਥੇ ਪਹੁੰਚੇ ਆ
ਕਿਉਂਕਿ ਆਪਾਂ ਹੁਣ ਤੋਂ ਤਿਆਰੀਆਂ ਕਰਾਂਗੇ ਤਾਂ ਹੀ ਉਹ ਪਾਰਲੀਮੈਂਟ ਦੇ ਵਿੱਚ ਆਪਣੇ ਉਮੀਦਵਾਰ ਜਿਤਾ ਸਕਦੇ ਹਾਂ ਕਿ ਜਿਹੜੀਆਂ ਕਾਂਗਰਸ ਸਰਕਾਰ ਰਹੀ ਹੈ ਉਹਦੀਆਂ ਨਾਕਾਮੀਆਂ, ਜਿਹੜੀ ਆ ਝਾੜੂ ਵਾਲਿਆਂ ਦੀ ਸਰਕਾਰ ਬਣੀ ਆ, 2 ਸਾਲ ਦਾ ਸਮਾਂ ਇਹਨਾਂ ਦਾ ਲੰਘ ਗਿਆ, ਇਹਨਾਂ ਦੀਆਂ ਨਾਕਾਮੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਉਹ ਅਸੀਂ ਲੋਕਾਂ ਤੱਕ ਪਹੁੰਚਾਵਾਂਗੇ ਤਾਂ ਹੀ ਉਹ ਗੜਸ਼ੰਕਰ ਤੋਂ ਬਿੱਟੂ ਚੌਹਾਨ ਦੀ ਰਿਪੋਰਟ।